ਨਾਲ ਕਹਿੰਦੇ ਭਿੰਦਾ ਪਵਾਰਾ ਹੋਇਆ ਚਰਚਾ ਦੇ ਵਿੱਚ ਨੇ ਚੜਤਾ ਚੜਾਈ ਹੈ ਕਹਿੰਦੇ ਦੁਨੀਆ ਕਹਿੰਦੇ ਐਵੇਂ ਨਹੀਂ ਫੋਲੋ ਕਰਦੀ ਬਾਜਾ ਲੈ ਲਈਏ ਕੰਨ ਚ ਫਸਾ ਦਿੰਦੇ ਆ ਬੁੱਧੂ ਦੇ ਲੋਕੀ ਏਅਰਪੋਰਟ ਲਾਉਂਦੇ ਆ ਭੈਣ ਚੋ ਆ ਬਾਜਾ ਲਾਉਣਾ ਪੈਣਾ ਕਹਿੰਦਾ ਬੁੱਧੂ ਲੋਕੀ ਏਅਰਪੋਰਟ ਲਾਉਂਦੇ ਆ ਬੁੱਧੂ ਤੇ ਬਾਜਾ ਲਾਉਣਾ ਪੈਣਾ ਆਹ ਵਾਲਾ ਹੋਰ ਦੇਖ ਚਰਖੇ ਤੇ ਕੀ ਪੜਦੇ ਲਵਾਏ ਸੀ ਪੜਦਿਆਂ ਦਾ ਕੱਪੜਾ ਬਚ ਗਿਆ ਤੇ ਉਹਦੀ ਕਮੀਜ਼ ਸਮਾਤੀ ਆ ਦੇਖ ਲੋ ਹੈਲੋ ਮਗਰ ਲਾ ਦੋ ਮਰ ਜਾ ਹੱਥ ਤਾਂ ਦਿਖਾਈਏ ਮਗਰ ਭਾਜੀ ਦੀ ਬਾਂਹ ਫੜ ਲਾਂਦੇ ਹਾਂਜੀ ਕੀ ਕਹਿਣਾ ਡਿਊਟੂ ਬੁੱਧੂ ਤੋੜ ਗਿਆ ਪਹਿਲੀ ਨਿਕਲ ਗਿਆ ਉਧਰ ਨੂੰ ਦੌੜਦਾ ਅੱਜ ਤਾਂ ਪੱਖੇ ਪੁੱਖੇ ਏਸੀ ਵੀ ਨੀ ਕੰਮ ਕਰਨੇ ਤੇ ਕੋਲਡ ਸਟੋਰ ਵਾਲੇ ਫਲੋਰ ਲੱਗਣੇ ਇਹਦੇ ਜਿਹੜੀ ਅੰਨੀ ਹੋਈ ਆ ਕਿਹਦੇ ਬੇੜੀਆਂ ਚ ਬੱਟੇ ਪਏ ਅੱਜ ਦਾ ਬਲੌਗ ਹੈਗਾ ਹਵੇਲੀ ਜਾਣਾ ਬੁੱਧੂ ਕਹਿੰਦਾ ਵੀਕਐਂਡ ਆ ਫੋਨ ਆਇਆ ਹਵੇਲੀ ਦੇ ਮਾਲਕ ਦਾ ਕਹਿੰਦਾ ਰਾਸ਼ਨ ਅੱਜ ਜਿਆਦਾ ਬਣਾ ਲਿਆ ਤੇ ਬਚ ਗਿਆ ਵਾ ਤੇ ਹੁਣ ਭਾਜੀ ਕੀ ਕਹਿੰਦਾ ਬੁੱਧ ਨੂੰ ਆਂਬਾ ਚੁਕਾ ਦੇਣਾ ਉਹ ਕਹਿੰਦਾ ਆ ਜਾਵੇ ਵੀ ਜਿੱਦਾਂ ਰਾਸ਼ਨ ਖਰਾਬ ਖਰੂਬ ਹੋ ਜਾਣਾ ਆ ਬਈ ਛਕ ਲਿਆ ਕੇ ਹੁਣ ਬਾਕੀ ਏਦਾਂ ਬਈ ਪੈਸਾ ਤਾਂ ਕਹਿੰਦੇ ਕੋਈ ਨੀ ਲੈਣਾ ਅਸੀਂ ਵੀ ਖਾ ਕੇ ਤੇ ਭਾਂਡੇ ਧੋ ਜਾਵੇ ਜਾਣੀ ਕੇ ਅੱਛਾ ਅੱਛਾ ਭਾਂਡੇ ਜ਼ਿਆਦਾ ਜਮਾ ਹੋਏ ਹੋਣੇ ਭਾਂਡੇ ਜਮਾ ਹੋਏ ਆ ਬਾਕੀ ਇੱਕ ਹੋਰ ਚੱਕ ਕੇ ਲਿਆਂਦਾ ਇਹ ਨਾਲ ਹੈਲਪ ਕਰਾਊਗਾ ਤੇ ਮਗਰ ਹੈਗਾ ਇੱਕ ਹੋਰ ਦੇ ਇਹ ਕੁੱਤੇ ਖਾਣੀ ਨੂੰ ਚੱਕ ਕੇ ਲਿਆਂਦਾ ਮੋੜ ਤੇ ਬੈਠਾ ਸੀ ਮੈਂ ਕਿਹਾ ਆ ਜਾ ਚੱਲੀਏ ਸ਼ਹਿਰ ਨੂੰ ਪਰ ਪਤਾ ਲੱਗ ਗਿਆ ਕਹਿੰਦਾ ਇਹ ਪਹਿਲਾਂ ਤਾਂ ਕੱਛੇ ਜੀ ਸੀਗਾ ਫਿਰ ਘਰੋਂ ਦੌੜ ਕੇ ਪੈਂਟ ਪਾ ਕੇ ਬੂਟ ਪਾ ਕੇ ਆਇਆ ਅੱਛਾ ਅੱਛਾ ਜਾਨੀ ਕਿ ਲਾਲਚ ਚ ਫਸ ਗਿਆ ਜੇ ਕੁੱਤੇ ਖਾਣੀ ਕਰਾਊਗਾ ਪੂਰੀ ਜੇ ਖਾ ਵੀ ਗਿਆ 200-300 ਦਾ ਕੋਈ ਫਰਕ ਨਹੀਂ ਪੈਣਾ ਪਰ ਕੁੱਤੇ ਖਾਣੀ ਤੇਰੀ ਅਸੀਂ ਜ਼ਰੂਰ 1000-1500 ਦੀ ਕਰਾਂਗੇ ਤੇ ਪਹਿਲੇ ਪਤਾ ਸੀ ਇਹਨੂੰ ਆਉਂਦਾ ਨਹੀਂ ਸੀਗਾ ਬੰਦਾ ਉਹ ਦੇਖੀ ਓਏ ਕੰਟਰੋਲ ਰੱਖ ਸੀਟ ਨਾ ਖਾ ਜੀ ਇੱਧਰ ਸਾਡੀ ਭਾਜੀ ਸੀਟ ਨੂੰ ਮੂੰਹ ਲਾਈ ਜਾਂਦਾ ਵਾਰ ਕਰ ਹੁਣ ਤਾਂ ਮਿੰਟ 2-3 ਲੱਗਣੇ ਪਹੁੰਚ ਜੱਲੇ ਹਵੇਲੀ ਪਹੁੰਚ ਗਿਆ ਤੇ ਬੱਸ ਵਾਲਾ ਲੈ ਓਏ ਪਿੱਛੇ ਹੋ ਜਾ ਓਏ ਅਰੇ ਹੋ ਜਾ ਭੁੱਖ ਲੱਗੀ ਬੁੱਧੂ ਨੂੰ ਅੱਜ ਪਿੱਛੇ ਹੋ ਜਾ ਪਿੱਛੇ ਬੱਸ ਵਾਲਿਓ ਇੱਧਰ ਗਾਂ ਲੱਦੀ ਫਿਰਦੇ ਆ I-20 ਚ ਅੱਗੇ ਭੁੱਖੀ ਆ ਉਹ ਆ ਦੇਤੀ ਜੀ ਸਾਈਡ ਹੁਣ ਤੇ ਹੁਣ ਹੋਰ ਕੀ ਕਹਿਣਾ ਬਹੁਤ ਧੰਨਵਾਦ ਡਰਾਈਵਰ ਸਾਹਿਬ ਤੁਹਾਡਾ ਇਹਨੂੰ ਰੋਕ ਕੇ ਉੱਥੇ ਫਗਵਾੜੇ ਆ ਨਾ LPU ਦੇ ਮੋਰੇ ਪਰਨੇ ਪਾਓ ਪਰਨੇ ਸਨਮਾਨਿਤ ਕੀਤਾ ਜਾਵੇ ਭੁੱਖੇ ਢਿੱਡ ਦੀ ਐਨ ਕਹਿੰਦੇ ਆ ਨਾ ਆਂਦਰਾਂ ਚ ਪਾਣੀ ਫਿਰਨਾ ਪਾਣੀ ਨਹੀਂ ਹੁਣ ਤਾਂ ਨਾ ਨਹੀਂ ਫਿਰਨੇ ਬੁੱਧੂ ਦੀ ਆਂਦਰਾਂ ਚ ਹੋਰ ਭਾਜੀ ਦੱਸੋ ਕੁਛ ਇਹਦੇ ਬਾਰੇ ਜਾਣਨਾ ਪਾਓ ਬੁੱਧੂ ਬਾਰੇ ਖਾਈ ਮੇਰਾ ਵੀਰ ਹਿਸਾਬ ਨਾ ਇਹ ਨਾ ਹੋਵੇ ਸਵੇਰ ਨੂੰ ਟੋਇਲਟ ਤੇ ਬੈਠਾ ਕਹੀਂ ਰੱਬਾ ਜਾਂ ਤਾਂ ਨਾਨ ਕੱਢ ਲੈ ਜਾਂ ਜਾਨ ਕੱਢ ਲੈ ਕਿਤੇ ਆ ਕਰਨਾ ਫਰੀ ਦਾ ਦੇਖ ਕੇ ਜ਼ਿਆਦਾ ਖਾਣੇ ਹਿਸਾਬ ਨਾ ਖਾਈ ਕੋਈ ਨੀ ਭਾਂਡੇ ਤਾਂ ਅਸੀਂ ਵੀ ਨਾਲ ਦਵਾ ਦੇ ਜਾਨ ਇਹਦੀ ਤਾਂ ਨਿਕਲਣੀ ਨੀ ਜਿਨ੍ਹਾਂ ਨੇ ਗਟਰ ਸਾਫ ਕਰਨ ਆਉਣਾ ਕਾਰਪੋਰੇਸ਼ਨ ਵਾਲਿਆਂ ਦੀ ਨਿਕਲ ਜਾਣੀ ਕਰਦੇ ਨਹੀਂ ਬਾਕੀ ਜ਼ੋਰ ਨਾਲ ਜੇ ਫੁਹਾਰਾ ਵੱਜਾ ਸੀਟ ਵੀ ਪਾੜ ਸਕਦੇ ਆ ਏਦਾਂ ਦੇ ਨੇ ਛੱਤ ਵੀ ਉੱਪਰ ਤੱਕ ਲਵੇੜੀ ਹੁੰਦੀ ਸਾਰੀ ਪਟਾਕਾ ਬਹੁਤ ਜ਼ੋਰ ਨਾਲ ਪੈਣਾ ਜਿੱਦਾਂ ਧੋਣ ਸਿੱਟੇ ਆ ਜਦੋਂ ਭੋਗ ਖਾਧਾ ਆ ਪਾਪੇ ਦਾ ਹੁਣ ਤਾਂ ਕੁਛ ਬੋਲਾਂ ਬਾਕੀ ਅੱਗੇ ਦਿਖਾਉਂਦੇ ਆ ਤੁਹਾਨੂੰ ਟੀਟੂ ਕਾਲੜਾ ਕਹਿੰਦੇ ਬਗੀਚੀ ਵਾਲਾ ਵੀ ਪਹੁੰਚਿਆ ਹਵੇਲੀ ਪਹੁੰਚ ਗਏ ਆ ਜੀ ਟੀਟੂ ਹੁਣਾਂ ਕੋਲ ਹਾਂਜੀ ਲਾਲਾ ਜੀ ਵਾਂਗੂ ਢਿੱਡ ਛੱਡਿਆ ਕਹਿੰਦਾ ਤੂੰ ਸਟੇਜ ਲਾਉਣ ਚੱਲਾਂ
ਇਦਾਂ ਦਾ ਤਾਂ ਕੋਈ ਸਰਾਣੇ ਤੇ ਕਵਰ ਨਹੀਂ ਚਾੜਦਾ ਜਿੱਦਾਂ ਦੀ ਕਮੀਜ਼ ਪਾਈ ਆ ਤੂੰ। ਸ਼ਾਇਦ ਤਾਂ ਨਹੀਂ, ਮੇਰਾ ਗੱਲ ਤਾਂ ਸੁਣ। ਮੈਂ ਕੀ ਕਹਿੰਦਾ, ਮੰਮੀ ਇਹਨਾਂ ਦੀ ਨੇ ਪੜਦੇ ਲਵਾਏ ਸੀ, ਪੜਦਿਆਂ ਦਾ ਕੱਪੜਾ ਬਚ ਗਿਆ ਤੇ ਉਹਦੀ ਕਮੀਜ਼ ਸਮਾਤੀ ਆ, ਦੇਖ ਲੋ। ਹਾਂਜੀ ਭਾਜੀ, ਤੁਸੀਂ ਕੀ ਕਹਿੰਦੇ? ਹਾਂਜੀ, ਕੀ ਖਾਣਾ? ਕੀ ਖਾਣਾ ਦੱਸੋ। ਕੋਚ ਸਾਹਿਬ ਵੀ ਆਏ ਆ, ਢਿੱਠੇ ਆਏ, ਢਿੱਠੇ ਕੋਚ ਸਾਹਿਬ ਆ ਨਾਲ। ਹਾਂਜੀ, ਉਹ ਸਮਾਨ ਬਚਿਆ ਪਿਆ ਦਸਵੀਂ ਲੈਣ ਦਾ ਵੀ, ਇਹਨੂੰ ਅੱਗੇ ਕਹਿੰਦੇ ਲਿਆਏ ਆ। ਪਰਚੀ ਤੇ ਮੈਂ ਸਮਾਨ ਕਹਿੰਦਾ ਪਰਚੀ ਲਿਆਉਣੀ ਪੈਣੀ, ਮੈਂ ਇੰਨਾ ਸਮਾਨ ਲਿਖਿਆ ਜਾਓ, ਇਹਦਾ ਪੋਸਟਰ ਲਿਆਉਣਾ ਪੈਣਾ, ਕੋਈ ਵੱਡਾ ਪੋਸਟਰ ਛਪਾਉਣਾ ਪੈਣਾ ਬੁੱਧੂ ਲਈ। ਕਿਹੜੀ ਅੰਨੀ ਹੋਈ ਆ, ਕਿਹਦੇ ਬੇੜੀਆਂ ਚ ਵੱਟੇ ਪਏ? ਕਰੋੜਾਂ ਦੀਆਂ ਮਸ਼ੀਨਾਂ, ਡਾਕਟਰ ਤੋਂ ਫ੍ਰੀ ਅੱਖਾਂ ਦਾ ਆਪਰੇਸ਼ਨ ਕਰਵਾਓ। ਆ ਕਰਾ ਮੜ ਜਾ ਕੁੜੀ ਦਾ, ਜਾ ਕੇ ਕੁੜੀ ਨੂੰ ਐਡਰੈਸ ਭੇਜੋ। ਹਾਂ, ਤੂੰ ਮੋਤੀਆ ਉਤਰਿਆ ਜਿਹੜੀ ਦੇ ਨਾਲ ਲੱਗੀ ਆ, ਮਗਰ ਲਾ ਦੋ ਸਹੀ ਮਰ ਜਾ, ਹੱਥ ਤਾਂ ਦਿਖਾਈਏ ਮਗਰ। ਭਾਜੀ ਦੀ ਬਾਂਹ ਫੜ ਲਾਂਦੇ ਚਲੋ ਆ ਜਾਓ ਫਿਰ ਬੁੱਧੂ ਨੂੰ ਟਿੱਕੀਆਂ। ਮੈਂ ਕੀ ਕਹਿੰਦਾ, ਟਿੱਕੀਆਂ ਤਾਂ ਖਿਲਾ ਦਈਏ ਬੁੱਧੂ ਨੂੰ। ਆ ਜਾਓ ਤੋਂ ਰੋਜ਼ ਇੱਧਰ ਨੂੰ। ਕਿੰਨੇ? 150 ਟਿੱਕੀਆਂ ਦੇ ਕੱਲੇ ਦੀ ਕਰਾ। ਉੱਚੀ ਬੋਲ ਕੇ ਦੱਸ ਮਰ ਜਾ, 150 ਟਿੱਕੀਆਂ ਦੇ ਕੱਲੇ ਦੀ ਕਰਾ ਬੁੱਧੂ। ਹੁਣੀ ਕਿੱਥੋਂ ਆ ਗਈ ਗੱਲ ਸੁਣੀ ਯਾਰ, ਵੇਟਰ ਵੀ ਆਇਆ ਨਾਲ ਦਿਖਾਓ। ਹਾਂਜੀ ਭਾਜੀ, ਆਰਡਰ ਲਈ ਹੋਰ ਦੱਸੋ, ਹੋਰ ਕੀ ਖਾਣਾ? ਹੋਰ ਬੁੱਧੂ ਦੇਖ ਲੈ ਕੀ ਖਾਣਾ ਆ ਹੁਣ। ਬੁੱਧੂ ਹੁਣੀ ਪਹੁੰਚ ਚੁੱਕੇ ਆ ਹਵੇਲੀ। ਕਹਾਵਤ ਨੀ, ਗੁੱਜਰਾਂ ਦੀ ਮੁੱਕ ਜੇ ਪਰਾਲੀ ਤੰਗ ਕਰਦੀ, ਇਹ ਬੁੱਧੂ ਤੇ ਆ ਹੁਣ। ਉਹੀ ਥੋੜਾ ਜਿਹਾ ਸਵਾਦ ਦਿਖਾਲ ਦੇ, ਥੋੜਾ ਜਿਹਾ ਹੱਥ ਤੇ ਪਾ ਕੇ ਸਵਾਦ ਦਿਖਾਲ ਦੇ ਥੋੜਾ ਜਿਹਾ। ਇਹ ਕੀ? ਮੈਂ ਕੀ ਕਹਿੰਦਾ, ਨਿਆਣੇ ਦਾ ਹਾਜ਼ਮਾ ਖਰਾਬ ਹੋਇਆ। ਹਾਂ ਹਾਂ, ਇਹਨਾਂ ਤੇਰਾ ਕੀ ਬਣਨਾ? ਇੱਦਾਂ ਦੇ ਕੱਚ ਕੁਛ ਚਲਵਾ ਦੋ ਤਿੰਨ ਪੱਖੇ, ਫੇਰ ਜਾ ਕੇ ਤੈਨੂੰ ਹਵਾ ਹਵਾ ਆਉਣੀ ਆ, ਜਿੱਡੀ ਦੇਹ ਆ। ਹਾਂਜੀ, ਕੀ ਕਹਿਣਾ ਇਹਦੇ ਬਾਰੇ? ਬੁੱਧੂ ਹੁਣੀ ਮਾਰੀ ਜਾਂਦੇ, ਕਹਿਣ ਹੀ ਨੀ ਦਿੰਦੇ ਉਹਨੂੰ। ਪਾ ਕੇ ਵੀ ਅੱਜ ਉਹੀ ਆਇਆ। ਹਾਂਜੀ, ਕੀ ਕਹਿਣਾ ਬੁੱਧੂ ਬਾਰੇ? ਪੱਖੇ ਪੁੱਖੇ ਏਸੀ ਵੀ ਨੀ ਕੰਮ ਕਰਨੇ, ਕੋਲਡ ਸਟੋਰ ਵਾਲੇ ਫਲੋਰ ਲੱਗਣੇ ਇਹਦੇ। ਚੱਲ ਬੁੱਧੂ ਹੁਣੀ ਡਾਈਟਿੰਗ ਤੇ ਆ, ਉਦਾਂ ਟਿੱਕੀਆਂ ਖਾਣ ਡੇ ਆ। ਬੁੱਧੂ ਇੰਨਾ ਤੇਰਾ ਕੀ ਬਣਨਾ? ਮੈਂ ਨਾ ਨਜ਼ਰ ਲਾਈ ਮੇਰਾ ਵੀਰ, ਖਾ ਲੈਣ ਦੇ ਯਾਰ। ਤੁਸੀਂ ਕੀ ਕਹਿੰਦੇ ਦੁਬਾਰਾ ਦੱਸਿਓ? ਮੈਂ ਕਿਹਾ ਜੇ ਤਾਂ ਪਚਾਉਣਾ ਆ ਜਾਂ ਤਾਂ ਬੁਰਕੀ ਬੁੱਧੂ ਨੂੰ ਖਿਲਾ ਦਿਓ ਜਾਂ ਫਿਰ ਥੱਲੇ ਸੈੜ ਦਿਓ।
ਭਾਜੀ ਕਹਿੰਦਾ ਖਲਾਈ ਦਿੰਦੇ ਆ ਖਾ ਲੈ ਉਹ ਖਾ ਲਾ ਓਏ ਪਿਆਰ ਨਾਲ ਖਾ ਲਾ उधर नूं दौड़दा अज तां ਭਾਜੀ ਕੀ ਕਹਿੰਦੇ ਤੁਸੀਂ ਮੈਂ ਕਿਹਾ ਭਾਜੀ ਹੁਣਾਂ ਪੁੱਛਿਆ ਜੇ ਦਾਲ ਜੇ ਨਹੀਂ ਪੀਣੀ ਤੇ ਲੈ ਜੀਏ ਘਰ ਨੂੰ ਬੁੱਧੂ ਲਿਆ ਲਫਾਫਾ ਚੱਕ ਕੇ ਓਏ ਬੁੱਧੂ ਕੱਢ ਕਾਲਾ ਲਫਾਫਾ ਓਏ ਕੱਢ ਲਵਾ ਜੇਪੀ ਜੋ ਕੱਢ ਕਾਲਾ ਲਫਾਫਾ ਜਿਹੜਾ ਸ਼ਾਹਕੋਟ ਭੋਗ ਤੇ ਲੈ ਕੇ ਗਿਆ ਸੀ ਉੱਥੋਂ ਤਾਂ ਪੂਰੀ ਪਈ ਨਹੀਂ ਇੱਥੋਂ ਪਾਲਾ ਜਾਂ ਥੋੜੀ ਥੋੜੀ ਕੱਟ ਕਰਕੇ ਗੁੜੀ ਜੋ ਕੀ ਬਣਾ ਲੈਣੀ ਆਪਾਂ ਡੋਸਾ ਉਧਰ ਵੀ ਡੋਸਾ ਆ ਥੋੜੀ ਜੀ ਉਹਨਾਂ ਨੇ ਵੀ ਛੱਡ ਦੇਣੀ ਆ ਉਹ ਯਾਰ ਕਰੇ ਹੋ ਗਿਆ ਤੇ ਮਿਲੇ ਜਾਂਦੇ ਹੁੰਦੀ ਕਿਦਾਂ ਮੈਂ ਕਿਹਾ ਇਹਨੇ ਫੂਕ ਵੀ ਮਾਰਦੇ ਸਾਡੇ ਸੋਚ ਪੈ ਜਾਣੀ ਆ ਹਵੇਲੀ ਵਾਲਿਆਂ ਨੂੰ ਸੁਪਨਾ ਆ ਗਿਆ ਸੀ ਬੁੱਧੂ ਨੇ ਆਉਣਾ ਆਹ ਤਾਂ ਸਾਡੇ ਕੋਲ ਗੱਪੇ ਆ ਆ ਬੁੱਧੂ ਦਾ ਵੀ ਬਣਾਇਆ ਇਹਨਾਂ ਬੁੱਧੂ ਬੁੱਧੂ ਦੇ ਵੀ ਛੋਟਾ ਪੈ ਜਾਣਾ ਇਹ ਵੀ ਚਾਰ ਇਕੱਠੇ ਕਰਕੇ ਪਾਉਣੇ ਪੈਣੇ ਮੂੰਹ ਹੀ ਬਹੁਤ ਵੱਡਾ ਇਹ ਵੀ ਕੀ ਕਰੇ ਇਹ ਵੀ ਸਾਡੇ 250-300 ਖਾ ਜਾਣਾ ਜਿੱਡਾ ਢਿੱਡ ਆ ਦੇਖ ਆ ਖਿੱਚ ਲਾ ਹੋਰ ਖਿੱਚ ਲਾ ਅੰਦਰ ਉਹ ਪਾਣੀ ਹੋਰ ਬਣਾਓ ਯਾਰ ਟੈਂਕੀ ਮੰਗਾਓ 1000 ਲੀਟਰ ਦੀ ਪਹਿਲਾਂ ਪਾਣੀ ਬਣਾ ਲਓ ਹਾਂਜੀ ਭਾਜੀ ਕਿਹੜਾ ਕੋਕ ਲਿਆਈਏ ਮੈਂ ਤਾਂ ਡਾਈਟ ਕੋਕ ਪੀਊਂਗਾ ਯਾਰ ਹਾਂਜੀ ਹੈਲੋ ਡਾਈਟ ਕੋਕ ਜੋ ਐਕਸਪਾਇਰੀ ਡੇਟ ਵਾਲਾ ਕੋਈ ਉਹ ਕਦੇ ਘਾਟੇ 'ਚ ਮਿਲ ਜਾਣਾ ਯਾਰ ਛੱਟਣਾ ਹੀ ਆ ਫ੍ਰੀ ਦੇ ਦਿੰਦੇ ਹੁੰਦੇ ਆ ਰੁਮਾਲੀ ਫੁੱਲ ਕੇ ਮੈਂ ਕਹਿੰਦਾ ਇਹਦਾ ਚੁੰਡੀ ਵੱਢ ਕੇ ਦੇਖ ਲੋ ਛੋਲੇ ਛੋਲੇ ਹੀ ਹੋਣੇ ਢਿੱਡ ਚੋਂ ਹੀ ਦਾਦੂਵਾਲ ਤੋਂ ਮੈਂ ਕਹਿੰਦਾ ਜੇ ਬੁੱਧੂ ਲੈਣਾ ਵਿੱਚ ਨਾਲ ਦੇ ਪਿੰਡ ਖੜੋ ਇੱਧਰ ਤੱਲਣ ਨਾਲ ਖੜੋ ਜਾ ਕੇ ਹਵੇਲੀ ਦੀ ਦੇਖ ਸਾਈਡ ਤੇ ਫੇ ਆਉਣਾ ਇਹ ਲੱਤਾਂ ਕਮਾਈ ਜਾਓ ਹੱਥੇ ਲੰਮੇ ਪਾ ਕੇ ਕਹਿੰਦਾ ਕਹਿੰਦੇ ਨਹੀਂ ਚੜਨਾ ਕਹਿੰਦੇ ਨਹੀਂ ਚੜਨਾ ਛੋਟਾ ਵਾ ਛੋਟਾ ਗਾਰਡ ਹੀ ਛੋਟਾ ਹੈ ਏਦਾਂ ਕਰੋ ਤਿੰਨ ਚਾਰ ਜੋੜ ਦਿਓ ਇਕੱਠੀਆਂ ਚਲਾ ਲਿਓ ਚੱਲ ਬੁੱਧੂ ਆ ਬੁੱਧੂ ਹੁਣੀ ਚੱਲ ਗਏ ਜੀ ਮੋੜਨ ਉੱਥੇ ਟਿਕਟਾਂ ਗ੍ਰਿਲ ਛੋਟੀ ਆ ਕਹਿੰਦੇ ਨੰਗ ਨਹੀਂ ਹੁੰਦਾ ਤੂੰ ਕੀ ਕਹਿੰਦਾ ਮੋੜ ਲਈ ਉਹਨਾਂ ਨੇ ਟਰੈਕਟਰ ਉਹ ਖੜਾ ਮੈਸੀ ਉਧਰ ਬਾਹਰ ਇਹ ਕੀ ਪ੍ਰੈਸ ਆ ਉਹਦਾ ਪ੍ਰੈਸ ਆ ਜਿੱਡੀ ਮਨਜੀਤ ਭਾਈ ਦੀ ਉਂਗਲ ਇਹ ਤਾਂ ਮੁੰਦੀ ਬਣਨੀ ਆ ਇਹ ਮੇਰੀ ਗੱਲ ਸੁਣ ਇਹ ਬੁੱਧੂ ਦੇ ਹਨ ਕੱਛ ਵਾਲੇ ਵਾਲ ਪ੍ਰੈਸ ਕਰਨ ਲਈ ਆ ਬੁੱਧੂ ਓਏ ਇੱਧਰ ਆ ਸਾਲੇ ਗੋਲੇ ਹੁਣਾਂ ਨੂੰ ਕੀ ਕਹਿਣਾ ਆ ਭਾਜੀ ਤੁਸੀਂ ਮੈਂ ਕਿਹਾ ਗੱਡੀ ਤੇ ਲੈ ਰਹੀ ਹੁਣੇ ਸਾਲੇ ਆ ਆਟੋ ਲੈ ਲਓ ਆ ਕੇ ਟੈਂਪੂ ਆਹੋ ਇਹ ਤਾਂ ਚੱਲ ਆਪ ਵੀ ਹੈਗਾ ਹੀ ਆ ਉਹ ਤੁੰਬੀ ਤੰਬੀ ਦੇਖਦਾ ਬੁੱਧੂ ਨੂੰ ਕੋਈ ਆਉਂਦੀ ਪਸੰਦ ਮੈਂ ਕਹਿੰਦਾ ਆ ਬਾਜਾ ਲੈ ਲਈਏ ਕੰਨ ਚ ਫਸਾ ਦਿੰਦੇ ਆ ਬੁੱਧੂ ਦੇ ਲੋਕੀ 에어ਪੋਰਟ ਲਾਉਂਦੇ ਆ ਭੈਣ ਜੋ ਆ ਬਾਜਾ ਲਾਉਣਾ ਪੈਣਾ ਕਹਿੰਦਾ ਬੁੱਧੂ ਲੋਕੀ 에어ਪੋਰਟ ਲਾਉਂਦੇ ਆ ਬੁੱਧੂ ਤੇ ਬਾਜਾ ਲਾਉਣਾ ਪੈਣਾ ਆ ਵਾਲਾ ਹੋਰ ਦੇਖ ਚਰਖੇ ਚੁਰਖੇ ਨੂੰ ਇਹ ਚੱਲਦਾ ਵੀ ਆ ਬਾਈ
ਜੁੱਤੀ ਦੇਖੀਏ ਬੁੱਧੂ ਤੇ ਸਹਿਜ ਦੀ ਇੱਧਰ ਆਜੋ ਪੁੱਛ ਲਾ ਬੁੱਧੂ ਹੈ ਕਿੱਥੇ ਆ ਦੌੜਾ ਹੀ ਫਿਰਦਾ ਆਜੋ ਭਾਜੀ ਉਹ ਬੰਦੇ ਤੇ ਸਹਿਜ ਦੀ ਹੋਊਗੀ ਉਹ ਵਿੱਚ ਉਹ ਮਗਰ ਇਹਨਾਂ ਦੀ ਬੈਕ ਸਾਈਡ ਤੇ ਖੜਾ ਜਿਹੜਾ ਮੋਟਾ ਜਿਹਾ ਹਾਥੀ ਦੀ ਜੁੱਤੀ ਉਹ ਬੈਠਾ ਬੁੱਧੂ ਬੁੱਧੂ ਓਏ ਪਿੰਡ ਸਾਨੂੰ ਕੁੱਤਾ ਨੀ ਪੁੱਛਦਾ ਇੱਥੇ ਦੇਖ ਲੋ ਗੱਡੀਆਂ ਵੀ ਵੀ ਆਈ ਪੀ ਤੁਸੀਂ ਐਨ ਖੜੇ ਕਰਦੇ ਆ ਕੇ ਇਹਦਾ ਬੁੱਧੂ ਹੁਣੀ ਬਿਠਾ ਲੇ ਹੈ ਗੱਡੀ ਬਹਿ ਗਈ ਆ ਕਿੱਦਾਂ ਹੋਊ ਸੈੱਟ ਹਾਥੀ ਹਾਥੀ ਲਾਉਣਾ ਪੈਣਾ ਵਿੱਚੋਂ ਲੈ ਜੀ ਇਹਦੀ ਬੁੱਧੂ ਹੁਣੀ ਨਿਕਲਦੇ ਨੀ ਪਏ ਸ਼ੇਕ ਪੀਣਾ ਕਹਿੰਦੇ ਬੁੱਧੂ ਆਜਾ ਬਾਹਰ ਯਾਰ ਸੇਵਾ ਕਰਦੇ ਰਹੀ ਦਾ ਕਦੀ ਕੁੱਤੇ ਨੂੰ ਪਾ ਦੀ ਦਾ ਕਦੀ ਕੁਛ ਕਰ ਦੀ ਦਾ ਮੈਂ ਕਿਹਾ ਓਦਾਂ ਵੀ ਆਪਾਂ ਜਿੱਦਾਂ ਚਲੋ ਕਿਸੇ ਕੁੱਤੇ ਨੂੰ ਪਾ ਦੀ ਦਾ ਕੁਛ ਕਦੀ ਕੁਛ ਕਰ ਦੀ ਦਾ ਜਿੱਦਾਂ ਖਿਲਾ ਹੀ ਦੇਈਦਾ ਇਹ ਵੀ ਦਰਵੇਸ਼ ਹੀ ਆ ਆ ਜਾ ਗਗਨ ਮੂੰਹ ਕਾਹਦੇ ਲੁਕੋਇਆ ਚੱਲ ਆ ਜਾ ਚੱਲ ਆ ਜਾ ਬੁੱਧੂ ਦੋਨਾਂ ਨੇ ਮੂੰਹ ਸਿੱਟੇ ਆ ਫੇਕ ਹੀ ਆ ਫਰੀ ਦਾ ਦੇਖ ਕੇ ਅੱਜ ਦਾ ਬਲੌਗ ਹੋ ਗਿਆ ਕਹਿੰਦੇ ਖਤਮ ਹੁਣ ਬੁੱਧੂ ਹੁਣੀ ਚੱਲੇ ਘਰਾਂ ਨੂੰ ਬਿਸਕੁਟ ਤਾਂ ਖਾ ਜਾ ਬੁੱਧੂ ਇੱਧਰ ਤੇਰੇ ਰਹਿ ਗਏ ਆ ਖਾਣਾ ਯਾਰ ਨਹੀਂ ਤਾਂ ਕੁੱਤਾ ਲੱਭਣਾ ਪੈਣਾ ਕੋਈ ਆ ਜਾ ਮੇਰਾ ਵੀਰ ਹੁਣ ਕਿਹੜੇ ਕੁੱਤੇ ਨੂੰ ਪਾਈਏ ਬਾਕੀ ਹੋਰ ਬਲੌਗ ਹੁਣ ਬਲੌਗ ਹੀ ਆਉਣੇ ਆ ਕਰ ਲਿਓ ਸਾਰੇ ਜਾਣੇ ਚੈਨਲ ਵੀ ਸਬਸਕ੍ਰਾਈਬ ਤੇ ਹੁਣ ਦੇਖਿਓ ਅੱਗੇ ਬਲੌਗ ਪਾਉਂਦੇ ਆ ਕਿਹੜਾ ਆਉਂਦਾ।